ਆ ਹੁਣ ਥੋੜੀ ਖੁੱਲ੍ਹ ਦਈਏ ਇਸ ਰਿਸ਼ਤੇ ਨੂੰ ਬੰਦਨਾ ਤੋਂ ਮੁਕਤ ਕਰ ਦਈਏ ਆ ਹੁਣ ਥੋੜੀ ਖੁੱਲ੍ਹ ਦਈਏ ਇਸ ਰਿਸ਼ਤੇ ਨੂੰ ਬੰਦਨਾ ਤੋਂ ਮੁਕਤ ਕਰ ਦਈਏ ਬਹੁਤ ਹੋ ਗਈਆਂ ਤੇਰੇ ਨਾਲ ਮੈਚਿੰਗਾਂ ਹੁਣ ਮੇਰਾ ਆਪਣੇ ਰੰਗ ਵੀ ਪੈਣ ਨੂੰ ਜੀ ਕਰਦਾ ਨਾਲੇ ਹਾਂ ਤੈਨੂੰ ਕਿਸ ਨੇ ਕਿਹਾ ਕਿ ਵੱਖੋ ਵੱਖਰੇ ਰੰਗਾਂ ਚਿਸ਼ਕ ਦਾ ਰੰਗ ਨਹੀਂ ਚੜਦਾ ਤੈਨੂੰ ਕਿਸਨੇ ਕਿਹਾ ਕਿ ਵੱਖੋ-ਵੱਖਰੇ ਰੰਗਾਂ ਚਿਸ਼ਕ ਦਾ ਰੰਗ ਨਹੀਂ ਚੜਦਾ ਚੱਲ ਹੁਣ ਕੋਈ ਬੰਦਸ਼ ਨਹੀਂ ਤੂੰ ਆਪਣੇ ਰੰਗ ਪਹਿਨ ਤੇ ਮੈਨੂੰ ਆਪਣੇ ਪਹਿਨਣ ਦੇ ਤੂੰ ਉਹ ਕਰ ਜੋ ਕਰਨਾ ਚਾਹੁੰਨਾ ਤੇ ਮੈਨੂੰ ਉਹ ਕਰਨ ਦੇ ਜੋ ਮੈਂ ਕਰਨਾ ਚਾਹੁੰਦੀ ਆ ਸੱਚ ਦੱਸਾਂ ਤਾਂ ਰਿਸ਼ਤਿਆਂ ਨੂੰ ਨਿਭਾਉਣ ਦੇ ਚੱਕਰਾਂ ਚ ਮੈਂ ਜਿਉਣਾ ਭੁੱਲ ਗਈ ਆ ਚੱਲ ਹੁਣ ਕੋਈ ਬੰਦਸ਼ ਨਹੀਂ ਤੂੰ ਆਪਣੇ ਰੰਗ ਪਹਿਨ ਤੇ ਮੈਨੂੰ ਆਪਣੇ ਪਹਿਨਣ ਦੇ ਤੁਸੀਂ ਦਾਰਾ ਮੂਵੀ ਦੇ ਵਿੱਚ ਦਿਖਾਈ ਦਿੱਤੇ ਸੀ ਉਸ ਤੋਂ ਬਾਅਦ ਕੀ ਤੁਸੀਂ ਜਿਵੇਂ ਸੰਗੀਤ ਦੇ ਨਾਲ ਰਿਲੇਟਿਡ ਪੀ ਐਚ ਡੀ ਵੀ ਕਰ ਰਹੇ ਹੋ ਕਦੀ ਸੋਚਿਆ ਕਿ ਸੰਗੀਤ ਵੱਲ ਆ ਜਿਓ ਜਾਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਸੀਗਾ ਦੀ ਬਿਲਕੁਲ ਸੰਗੀਤ ਦੇ ਖੇਤਰ ਚ ਹੀ ਮੈਂ ਆਪਣਾ ਜ਼ਿੰਦਗੀ ਵੇਖਦਾ ਮੈਨੂੰ ਲੱਗਦਾ ਕਿ ਜੇ ਮੇਰੀ ਜ਼ਿੰਦਗੀ ਚੋਂ ਸੰਗੀਤ ਕੱਢ ਦਿੱਤਾ ਜਾਵੇ ਤੇ ਬਾਕੀ ਕੁਝ ਵੀ ਨਹੀਂ ਬਾਕੀ ਰਹਿਣਾ ਉਹਦੇ ਵਿੱਚ ਮੈਂ ਲੁੱਟੀ ਗਈ ਵਿੱਚ ਨੀਂਦ ਦੇ ਲੁੱਟੀ ਗਈ ਵਿੱਚ ਨੀਂਦ ਦੇ ਛੱਡ ਤੁਰ ਗਿਆ ਪੁੰਨ ਯਾਰ ਝੂਟਾ ਲਿਆ ਨਾ ਇਸ਼ਕ ਦੀ ਪੀਂਗਦਾ ਉਸ ਤਰ੍ਹਾਂ ਦੇ ਗਾਣੇ ਮੈਂ ਚੁਣਦਾ ਤੇ ਮੇਰੇ ਹੁਣ ਅੱਗੇ ਭਵਿੱਖ ਵਿੱਚ ਵੀ ਇਹੀ ਕੋਸ਼ਿਸ਼ ਹੈ ਕਿ ਮੈਂ ਚੰਗਾ ਤੇ ਸਾਫ਼ ਸੁਥਰੀ ਕਾਈ ਕੀ ਗਾਵਾਂ ਬੇਸ਼ੱਕ ਵਿਕਾ ਨਾ ਵਿਕਾ ਬੇਸ਼ੱਕ ਮੇਰੀ ਪਬਲਿਸਿਟੀ ਉਸ ਤਰ੍ਹਾਂ ਦੀ ਹੋਵੇ ਜਾਂ ਨਾ ਹੋਵੇ ਪਰ ਮੈਂ ਆਪਣੀ ਜ਼ਮੀਰ ਦੇ ਨਾਲ ਸਮਝੌਤਾ ਨਹੀਂ ਕਰਾਂ ਝੂਟਾ ਲਿਆਣਾ ਇਸ਼ਕ ਦੀ ਪੀਂਗ ਦਾ ਗਈ ਟੁੱਟ ਵਿਚਾਲਿਓ ਤਾਰਵੇਂ ਮੈਂ ਰੱਜ ਨਾ ਗੱਲਾਂ ਕੀਤੀਆਂ ਰੱਜ ਨਾ ਗੱਲਾਂ ਕੀਤੀਆਂ ਨਾ ਮੈਂ ਕੀ ਤਰ੍ਹਾਂ ਜ ਪਿਆਰ ਮੇਰੀ ਵਸਦੀ ਦੁਨੀਆ ਉਜੜ ਗਈ ਮੇਰੀ ਵਸਦੀ ਦੁਨੀਆ ਉਜੜ ਗਈ ਵਸਦੀ ਦੁਨੀਆ ਉਜੜ ਗਈ ਤੇ ਉਜੜਿਆ ਕੁਲ ਸੰਸਾਰ ਝੂਟਾ ਲਿਆ ਨਾ ਇਸ਼ਕ ਦੀ ਪੀਂਗ ਦਾ ਅਮ ਗੀਤ ਜਿਹੜੇ ਲਿਖਦੇ ਆ ਤਾਂ ਕੀ ਖਿਆਲ ਰੱਖਦੇ ਆ ਕਿ ਬਸ ਇਸੇ ਤਰ੍ਹਾਂ ਸਭਿਆਚਾਰਕ ਜਿਹੜੇ ਸ਼ਬਦ ਹੋਣ ਯਾ ਫਿਰ ਕਿਸ ਤਰੀਕੇ ਦੇ ਨਾਲ ਕਿ ਤੁਸੀਂ ਇੱਕ ਹੀ ਤਰ੍ਹਾਂ ਦੇ ਲਿਖ ਰਿਹਾ ਮੈਂ ਉਹ ਗਾਣੇ ਗਾਉਣਾ ਤੇ ਉਹ ਗਾਣੇ ਕਰਦਾ ਜਿਹੜੇ ਕਿ ਹੋ ਸਕਦੇ ਨੇ ਰਿਐਲਿਟੀ ਦੇ ਵਿੱਚ ਜੋ ਚੀਜ਼ਾਂ ਹੋ ਸਕਦੀਆਂ ਨੇ ਮੈਂ ਉਹੀ ਆਪਣੇ ਗਾਣੇ ਦੇ ਵਿੱਚ ਲਿਖਦਾ ਮੈਂ ਕਦੇ ਨਹੀਂ ਕਹਿੰਦਾ ਕਿ ਮੈਂ ਮਾਰ ਦੂੰਗਾ ਮੈਂ ਵੜ ਦੂੰਗਾ ਮੈਂ ਪਸਤੌਰ ਰੱਖਦਾ ਨਾਲ ਮੈਂ ਇਹ ਰੱਖਦਾ ਕਲਾਕਾਰ ਜਿਹੜਾ ਹੈ ਉਸਾਜ਼ਾਂ ਨਾਲ ਤਾਂ ਚੰਗਾ ਲੱਗਦਾ ਪਰ ਹਥਿਆਰਾਂ ਨਾਲ ਮੈਨੂੰ ਲੱਗਦਾ ਉਹਦਾ ਕੋਈ ਮੇਲ ਮਲਾਪ ਨਹੀਂ ਹੈ ਕਰਮਾ ਮਾਰੀ ਮੈਂ ਕੀ ਦਸਾਂ ਬਾਤ ਸਰੀਰਾਂ ਦੀ ਰੂਹਾਂ ਰਹਿ ਗਈਆਂ ਵੇ ਸੋਹਣਿਆ ਪਟਿਆਰੇ ਸੋ ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਏ ਹਾਂ ਬਹੁਤ ਵਾਰ ਇਦਾਂ ਹੋਇਆ ਹੋਵੇਗਾ ਕਿ ਤੁਹਾਡੀ ਜ਼ਿੰਦਗੀ 'ਚ ਵੀ ਕੁਝ ਇਹੋ ਜਿਹੇ ਇਨਸਾਨ ਹੋਣਗੇ ਜੋ ਤੁਹਾਨੂੰ ਖਾਸ ਲੋਕਾਂ ਦੇ ਵਿੱਚ ਮਿਲਦੇ ਨੇ ਤੇ ਆਮ ਲੱਗਦੇ ਨੇ ਤੇ ਜਦੋਂ ਆਮ ਲੋਕਾਂ ਦੇ ਵਿੱਚ ਮਿਲਦੇ ਨੇ ਤੇ ਬੜੇ ਖਾਸ ਲੱਗਦੇ ਨੇ ਸੋ ਅਜਿਹੀ ਹੀ ਇੱਕ ਸ਼ਖਸ਼ ਦੇ ਨਾਲ ਮੈਂ ਤੁਹਾਨੂੰ ਮਿਲਾਵਾਂਗੀ ਜਿਨ੍ਹਾਂ ਦਾ ਨਾਮ ਸਤਨਾਮ ਪੰਜਾਬੀ ਜੀ ਹੈ ਯੂਨੀਵਰਸਿਟੀ ਦੇ ਬੜੇ ਬ੍ਰੀਲੀਅੰਟ ਇਹ ਸਟੂਡੈਂਟ ਨੇ ਔਰ ਇਸ ਵੇਲੇ ਇੱਥੇ ਪੀ ਐਚ ਡੀ ਕਰ ਰਹੇ ਨੇ ਬਹੁਤ ਸਾਰੀਆਂ ਅਚੀਵਮੈਂਟਸ ਇਹਨਾਂ ਦੇ ਨਾਂ ਤੇ ਨੇ ਯੂਨੀਵਰਸਿਟੀ ਨੂੰ ਰਿਪਰੈਜ਼ੈਂਟ ਕਰਦੇ ਰਹੇ ਨੇ ਰਿਪਰੈਜ਼ੈਂਟੇ ਔਰ ਫਿਲਹਾਲ ਇਸ ਸਿੰਗਿੰਗ ਦੇ ਵਿੱਚ ਆਪਣਾ ਕਰੀਅਰ ਦੇਖ ਰਹੇ ਨੇ ਕੀ ਸੋਚਦੇ ਨੇ ਸਤਨਾਮ ਹੁਣ ਤੱਕ ਕਿਹੜਾ ਕਿਹੜਾ ਕੰਮ ਕਰ ਚੁੱਕੇ ਨੇ ਉਹ ਸਾਰਾ ਕੁਝ ਅਸੀਂ ਜਾਣਾਂਗੇ ਇਹਨਾਂ ਦੇ ਨਾਲ ਪਹਿਲਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਤਨਾਮ ਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਆਪਣੇ ਬਾਰੇ ਵਿੱਚ ਦੱਸੋ ਕਿ ਇਸ ਵੇਲੇ ਤੁਸੀਂ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਪੀ ਐਚ ਡੀ ਕਰ ਰਹੇ ਆ ਕਾਦੇ ਵਿੱਚ ਕਰ ਰਹੇ ਆ ਔਰ ਕਿਸ ਤਰੀਕੇ ਦੇ ਨਾਲ ਤੁਹਾਡੀ ਲਾਈਫ ਚੱਲ ਰਹੀ ਆ ਜੀ ਸਭ ਤੋਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਅੱਜ ਦੀ ਇਸ ਗੱਲਬਾਤ ਨੂੰ ਸੁਣ ਰਹੇ ਨੇ ਔਰ ਦੂਸਰੀ ਗੱਲ ਜਿਹੜੀ ਤੁਸੀਂ ਪੁੱਛੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੰਗੀਤ ਵਿਭਾਗ ਵਿੱਚ ਪੀ ਐਚ ਡੀ ਕਰ ਰਿਹਾ ਜੀ ਪੰਜਾਬ ਦੀ ਲੋਕ ਸੰਗੀਤ ਪਰੰਪਰਾ ਦੇ ਪ੍ਰਚਾਰ ਪ੍ਰਸਾਰ ਵਿੱਚ ਜੋ ਪੰਮੀ ਬਾਈ ਦਾ ਯੋਗਦਾਨ ਹੈ ਉਸ ਵਿਸ਼ੇ ਤੇ ਮੇਰਾ ਕੰਮ ਹੈ ਤੇ ਦੂਸਰੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਉਹ ਜ਼ਿੰਦਗੀ ਬਾਰੇ ਜ਼ਿੰਦਗੀ ਬਹੁਤ ਖੂਬਸੂਰਤ ਹੈ ਬੇਸ਼ੱਕ ਥੋੜੇ ਜਿਹਾ ਉਤਰਾ ਚੜਾਅ ਨੇ ਕਿਉਂਕਿ ਵਿਦਿਆਰਥੀ ਜੀਵਨ ਚੱਲਦੇ ਦੌਰਾਨ ਬਹੁਤ ਸਾਰੀਆਂ ਜਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਚੌਕੜਾ ਵੀ ਆਉਂਦੀਆਂ ਨੇ ਚੁਣੌਤੀਆਂ ਵੀ ਨੇ ਪਰ ਫਿਰ ਵੀ ਮੈਂ ਕੁਝ ਨਾ ਕੁਝ ਇਸ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਸੋ ਜਿਵੇਂ ਸਤਨਾਮ ਪੰਜਾਬੀ ਹੋਣਾ ਨੇ ਸਾਨੂੰ ਦੱਸਿਆ ਕਿ ਇਹ ਪੀ ਐਚ ਡੀ ਕਰ ਰਹੇ ਨੇ ਪੰਮੀ ਬਾਈ ਹੋਣਾ ਵਾਲੇ ਸਬਜੈਕਟ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਸ਼ਾਇਦ ਤੁਸੀਂ ਇਹਨਾਂ ਨੂੰ ਦੇਖ ਕੇ ਤੁਹਾਨੂੰ ਯਾਦ ਵੀ ਆ ਗਿਆ ਹੋਵੇਗਾ ਕਿ ਤੁਸੀਂ ਇਹਨਾਂ ਨੂੰ ਕਿਤੇ ਦੇਖਿਆ ਹੋਇਆ ਬਿਲਕੁਲ ਤੁਸੀਂ ਇਹਨਾਂ ਨੂੰ ਦਾਰਾ ਇੱਕ ਫਿਲਮ ਆਈ ਸੀ ਉਹਦੇ ਵਿੱਚ ਬੋਲੀਆਂ ਬਣਾ ਕੇ ਬੋਲੀਆਂ ਪਾ ਕੇ ਇੱਕ ਗੀਤ ਜਿਹੜਾ ਅਸੀਂ ਤਿਆਰ ਕੀਤਾ ਗਿਆ ਸੀ ਉਹ ਬਹੁਤ ਜ਼ਿਆਦਾ ਹਿੱਟ ਸੀਗਾ YouTube ਤੇ ਉਹਦੇ millions view ਨੇ ਉਸ ਦੇ ਵਿੱਚ ਇਹਨਾਂ ਨੇ ਇੱਕ ਛੋਟਾ ਜਿਹਾ ਰੋਲ ਵੀ ਅਦਾ ਕੀਤਾ ਸੀਗਾ ਜਿਸ ਕਰਕੇ ਮੈਂ ਜਿਵੇਂ ਸ਼ੁਰੂ ਸੀ ਤੁਹਾਨੂੰ ਕਿਹਾ ਸੀ ਕਿ ਆਮ ਲੋਕਾਂ ਦੇ ਵਿੱਚ ਇੱਕ ਖਾਸ ਬਹੁਤ ਜ਼ਿਆਦਾ ਟੈਲੈਂਟਡ ਨੇ ਗਾਣੇ ਲਿਖ ਵੀ ਲੈਂਦੇ ਨੇ ਤੇ ਗਾ ਵੀ ਲੈਂਦੇ ਨੇ ਅੱਛਾ ਸਤਨਾਮ ਤੁਸੀਂ ਦਾਰਾ ਮੂਵੀ ਦੇ ਵਿੱਚ ਦਿਖਾਈ ਦਿੱਤੇ ਸੀ ਉਸ ਤੋਂ ਬਾਅਦ ਕੀ ਤੁਸੀਂ ਜਿਵੇਂ ਸੰਗੀਤ ਦੇ ਨਾਲ ਰਿਲੇਟਡ ਪੀ ਐਚ ਡੀ ਵੀ ਕਰ ਰਹੇ ਹੋ ਕਦੀ ਸੋਚਿਆ ਕਿ ਸੰਗੀਤ ਵਾਲਾ ਜਾਈਏ ਜਾਂ ਪਹਿਲਾਂ ਤੋਂ ਸ਼ੁਰੂ ਤੋਂ ਹੀ ਸੀਗਾ ਜੀ ਬਿਲਕੁਲ ਸੰਗੀਤ ਦੇ ਖੇਤਰ ਚ ਹੀ ਮੈਂ ਆਪਣਾ ਜ਼ਿੰਦਗੀ ਵੇਖਦਾ ਮੈਨੂੰ ਲੱਗਦਾ ਕਿ ਜੇ ਮੇਰੀ ਜ਼ਿੰਦਗੀ ਚੋਂ ਸੰਗੀਤ ਕੱਢ ਦਿੱਤਾ ਜਾਵੇ ਤੇ ਬਾਕੀ ਕੁਝ ਵੀ ਨਹੀਂ ਬਾਕੀ ਰਹਿਣਾ ਉਹਦੇ ਵਿੱਚ ਤੇ ਮੈਂ ਦੱਸਣਾ ਚਾਹੁੰਨਾ ਕਿ ਪਿਛਲੇ ਲਗਭਗ 3-4 ਸਾਲਾਂ ਤੋਂ ਮੈਂ ਪੂਰਾ ਇਸ ਦੇ ਵਿੱਚ ਆਪਣਾ ਯੋਗਦਾਨ ਜਿੰਨਾ ਕੁ ਵੀ ਮੈਂ ਪਾ ਸਕਦਾ ਮੈਂ ਯੋਗਦਾਨ ਸ਼ਬਦ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਲੱਗੇਗਾ ਕਿ ਇਹ ਕਿਸ ਤਰ੍ਹਾਂ ਦਾ ਯੋਗਦਾਨ ਹੈ ਪਰ ਮੈਂ ਇਸ ਕਰਕੇ ਯੋਗਦਾਨ ਕਹਿ ਰਿਹਾ ਕਿ ਮੈਂ ਪੰਜਾਬ ਦੀ ਜੋ ਅਸਲ ਰਵਾਇਤੀ ਗਾਇਕੀ ਹੈ ਮੈਂ ਉਸ ਤਰ੍ਹਾਂ ਦੀ ਗਾਇਕੀ ਨੂੰ ਪਰਣਾਇਆ ਕਲਾਕਾਰ ਹਾਂ ਔਰ ਉਸ ਦੇ ਵਿੱਚ ਜਿਸ ਤਰ੍ਹਾਂ ਮੇਰੇ ਗੀਤ ਨੇ ਉਹ ਹਸਰਤ ਗਾਣਾ ਹੈ ਇੱਕ ਛੱਤ ਕਾਨੇ ਵਾਲੀ ਗਾਣਾ ਹੈ ਉਸ ਤੋਂ ਬਾਅਦ ਦਿਲ ਆਪਣਾ ਦਿਲ ਮੇਰਾ ਗਾਣਾ ਹੈ ਇਸ ਤੋਂ ਬਾਅਦ ਇੱਕ ਗਾਣਾ ਹੈ ਅੱਖੀਆਂ ਔਰ ਵਾਰ ਸਹਿਬਜ਼ਾਦਾ ਜੀ ਸਿੰਘ ਜੀ ਔਰ ਬੇਬੇ ਨਾਨਕੀ ਦਾ ਵੀਰਾ ਔਰ ਪਿੱਛੇ ਜੇ ਮੈਂ ਗੀਤ ਗਾਇਆ ਸੀ ਜੋ ਸਾਡਾ 1947 ਦਾ ਸੰਤਾਪ ਪੰਜਾਬ ਨੇ ਭੋਗ ਗਿਆ ਕਿੱਥੇ ਗਏ ਮੇਰੇ ਯਾਰ ਸੋ ਇਸ ਤਰ੍ਹਾਂ ਦੇ ਗਾਣੇ ਮੈਂ ਚੁਣਦਾ ਤੇ ਮੇਰੇ ਹੁਣ ਅੱਗੇ ਭਵਿੱਖ ਵਿੱਚ ਵੀ ਇਹੀ ਕੋਸ਼ਿਸ਼ ਹੈ ਕਿ ਮੈਂ ਚੰਗਾ ਤੇ ਸਾਫ ਸੁਥਰੀ ਗਾਇਕੀ ਹੀ ਗਾਵਾਂ ਬੇਸ਼ੱਕ ਵਿਕਾ ਨਾ ਵਿਕਾ ਬੇਸ਼ੱਕ ਮੇਰੀ ਪਬਲਿਸਿਟੀ ਉਸ ਤਰ੍ਹਾਂ ਦੀ ਹੋਵੇ ਜਾਂ ਨਾ ਹੋਵੇ ਪਰ ਮੈਂ ਆਪਣੀ ਜ਼ਮੀਰ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਜੀ ਅੱਛਾ ਸੰਗੀਤ ਦੇ ਨਾਲ ਜੁੜੇ ਹੋਏ ਤੁਸੀਂ ਸ਼ਖਸ਼ ਹੋ ਬਹੁਤ ਸਾਰੇ ਤੁਹਾਡੇ ਗਾਣੇ ਵੀ ਆਗੇ ਜਿਵੇਂ ਤੁਸੀਂ ਦੱਸਿਆ ਔਰ ਤੁਸੀਂ ਆਪ ਲਿਖੇ ਹੋਏ ਪਹਿਲਾਂ ਤੇ ਮੈਂ ਚਾਹੂੰਗੀ ਕਿ ਕੋਈ ਗੀਤ ਦੇ ਤੁਸੀਂ ਸਾਨੂੰ ਬੋਲ ਜ਼ਰੂਰ ਸੁਣਾ ਦਿਓ ਜੀ ਮੈਂ ਜਿਹੜੇ ਜਿਆਦਾਤਰ ਗਾਣੇ ਮੈਂ ਆਪਣੇ ਲਿਖੇ ਕੋਨਾ ਇੱਕ ਦੋ ਗਾਣੇ ਜਿਹੜੇ ਮੈਂ ਦੋਸਤਾਂ ਦੇ ਵੀ ਗਾਏ ਨੇ ਉਹ ਚਲੋ ਮੈਂ ਆਪਣਾ ਲਿਖਿਆ ਜਿਹੜਾ ਗਾਣਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਜਿਹੜਾ ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ ਚੋਰੀ ਬਾਬਲ ਤੋਂ ਇੱਕ ਲਿਖਿਆ ਗੀਤ ਮੁਹੱਬਤ ਦਾ ਬਾਕੀ ਹਰਫਾਂ ਨੂੰ ਦੱਸ ਕਿਦਾਂ ਕੋਈ ਸੰਭਾਲੇ ਲੱਖ ਲਕੋਈਆਂ ਗੱਲਾਂ ਵਿੱਚ ਜ਼ਮਾਨੇ ਖੁੱਲ ਗਈਆਂ ਆਸ਼ਕ ਹਾਰ ਗਏ ਤੇ ਜਿੱਤ ਗਏ ਇਕਲਾਂ ਵਾਲੇ ਉਹ ਕਰਮਾਂ ਮਾਰੀ ਮੈਂ ਕੀ ਦੱਸਾਂ ਬਾਤ ਸਰੀਰਾਂ ਦੀ ਕਰਮਾਂ ਮਾਰੀ ਮੈਂ ਕੀ ਦੱਸਾਂ ਬਾਤ ਸਰੀਰਾਂ ਦੀ ਉਹ ਰੂਹਾਂ ਰਹਿ ਗਈਆਂ ਨੇ ਸੋਹਣਿਆ ਪਟਿਆਲੇ ਉਹ ਰੂਹਾਂ ਰਹਿ ਗਈਆਂ ਨੇ ਸੋਹਣਿਆ ਪਟਿਆਲੇ ਓਏ ਕਮਾਲ ਬਹੁਤ ਵਧੀਆ ਬਹੁਤ ਵਧੀਆ ਆਵਾਜ਼ ਤੁਹਾਡੀ ਅੱਛਾ ਤੁਸੀਂ ਗਾਣੇ ਜਿਹੜੇ ਉਹ ਆਪ ਵੀ ਲਿਖਦੇ ਆ ਤੇ ਕਿਸ ਤਰ੍ਹਾਂ ਦੀ ਸ਼ੈਲੀ ਤੁਸੀਂ ਜਿਸ ਤਰ੍ਹਾਂ ਤੁਸੀਂ ਇਹ ਮੈਨੂੰ ਗਾਣਾ ਸੁਣਾਇਆ ਬੜਾ ਫੋਕ ਟੱਚ ਆਏ ਨੂੰ ਤਾਂ ਤਕਰੀਬਨ ਜਦੋਂ ਵੀ ਤੁਸੀਂ ਲਿਖਦੇ ਆ ਮੈਂ ਜਿਹੜੇ ਤੁਹਾਡੇ ਗਾਣੇ ਸੁਣੇ ਵੀ ਆ ਉਹ ਸਾਰੇ ਵੀ ਏਵੇਂ ਹੀ ਆ ਜਿਵੇਂ ਥੋੜਾ ਫੋਕ ਟੱਚ ਉਹਨਾਂ ਦੇ ਨਾਲ ਆ ਤਾਂ ਜ਼ਿਆਦਾ ਜਿਹੜੀ ਗਾਇਕੀ ਤੁਸੀਂ ਜੋ ਲਿਖਦੇ ਆ ਗੀਤ ਜਿਹੜੇ ਲਿਖਦੇ ਆ ਤਾਂ ਕੀ ਖਿਆਲ ਰੱਖਦੇ ਆ ਕਿ ਬਸ ਇਸੇ ਤਰ੍ਹਾਂ ਸੱਭਿਆਚਾਰਕ ਜਿਹੜੇ ਸ਼ਬਦ ਹੋਣ ਜਾਂ ਫਿਰ ਕਿਸ ਤਰੀਕੇ ਦੇ ਨਾਲ ਕਿ ਤੁਸੀਂ ਇੱਕ ਹੀ ਤਰ੍ਹਾਂ ਦੇ ਲਿਖ ਰਹੇ ਆ ਨੇ ਮੈਂ ਅਲੱਗ-ਅਲੱਗ ਤਰ੍ਹਾਂ ਦੇ ਲਿਖਦਾ ਮੈਂ ਜਿਸ ਦੇ ਉਹਦੇ ਵਿੱਚ ਜਿਹੜਾ ਉਹਦਾ ਵਿਸ਼ਾ ਵਸਤੂ ਹੈ ਉਹ ਬਦਲਦੀ ਰਹਿੰਦੀ ਹੈ ਜਿਸ ਤਰ੍ਹਾਂ ਇਹ ਗਾਣਾ ਵਿਛੋੜੇ ਦੀ ਦਸਤਾਨ ਪੇਸ਼ ਕਰਦਾ ਇੱਕ ਮੇਰਾ ਗੀਤ ਸੀ ਅੱਖੀਆਂ ਉਹ ਥੋੜਾ ਰੋਮਾਂਟਿਕ ਫੀਲ ਦਾ ਗਾਣਾ ਹੈ ਇਸ ਤੋਂ ਪਹਿਲਾਂ ਜਿਹੜੇ ਗਾਣੇ ਮੇਰੇ ਜਿਸ ਤਰ੍ਹਾਂ ਵਾਰ ਸਾਹਿਬ ਜਦਾ ਅਜੀਤ ਸਿੰਘ ਜੀ ਉਹ ਬੀਰਗਾਥਾ ਜਿਹੜੀ ਹੈ ਸਾਹਿਬ ਜਦਾ ਅਜੀਤ ਸਿੰਘ ਜੀ ਦੀ ਉਹ ਹੈ ਮਤਲਬ ਵਖ ਵਖ ਕੀਤਨ ਦੇ ਵਿੱਚ ਵਖ ਵਖ ਜਿਹੜਾ ਪ੍ਰਸੰਗ ਹੈ ਤੇ ਪਰ ਨਾਲ ਦੀ ਨਾਲ ਮੈਂ ਇੱਕ ਗੱਲ ਜਿਹੜੀ ਸੋਚਦਾ ਮੈਂ ਉਹ ਗਾਣੇ ਗਾਉਣਾ ਤੇ ਉਹ ਗਾਣੇ ਕਰਦਾ ਜਿਹੜੇ ਕਿ ਹੋ ਸਕਦੇ ਨੇ ਰਿਐਲਿਟੀ ਦੇ ਵਿੱਚ ਜੋ ਚੀਜ਼ਾਂ ਹੋ ਸਕਦੀਆਂ ਨੇ ਮੈਂ ਉਹੀ ਆਪਣੇ ਗਾਣੇ ਦੇ ਵਿੱਚ ਲਿਖਦਾ ਮੈਂ ਕਦੇ ਨਹੀਂ ਕਹਿੰਦਾ ਕਿ ਮੈਂ ਮਾਰ ਦੂੰਗਾ ਮੈਂ ਵੜ ਦੂੰਗਾ ਮੈਂ ਬਸ ਤੌਰ ਰੱਖਦਾ ਨਾਲ ਮੈਂ ਇਹ ਰੱਖਦਾ ਮੈਂ ਕੁਝ ਵੀ ਰੱਖਦਾ ਮੈਂ ਜੋ ਸਧਾਰਨ ਪੰਜਾਬ ਦੇ ਜੋ ਲੋਕ ਨੇ ਜਿਸ ਤਰ੍ਹਾਂ ਦੇ ਉਹਨਾਂ ਦਾ ਸੁਭਾਅ ਉਸ ਤਰ੍ਹਾਂ ਦੀ ਗੱਲ ਕਰਦਾ ਤੇ ਕਾਰ ਜਿਹੜਾ ਉਸਤਾਜ਼ਾਂ ਨਾਲ ਤਾਂ ਚੰਗਾ ਲੱਗਦਾ ਪਰ ਹਥਿਆਰਾਂ ਨਾਲ ਮੈਨੂੰ ਲੱਗਦਾ ਉਹਦਾ ਕੋਈ ਮੇਲ ਮਲਾਪ ਨਹੀਂ ਜੀ ਹਾਂ ਮੈਂ ਉਸੇ ਹੀ ਸ਼ੈਲੀ ਦੀ ਗੱਲ ਕਰ ਰਹੀ ਸੀ ਇੱਕ ਤਾਂ ਹੁੰਦੀ ਚਲੋ ਕਲਪਨਾ ਹਨਾ ਬਟ ਇੱਕ ਹੁੰਦੀ ਹੈ ਜਾਣ ਕੇ ਬਹੁਤ ਉੱਪਰ ਦੀ ਕਲਪਨਾ ਕਰ ਲੈਣਾ ਫੋਕੀ ਕਲਪਨਾ ਕਰ ਲੈਣਾ ਜੋ ਅੱਜ ਕੱਲ ਗਾਇਕੀ ਦੇ ਵਿੱਚ ਬਹੁਤ ਜ਼ਿਆਦਾ ਚੱਲ ਰਹੀ ਹੈ ਜਿਹੜੀ ਜੀ ਔਰ ਇਹ ਵੀ ਸੱਚ ਹੈ ਕਿ ਉਸ ਮਿਲਾਵਟ ਤੋਂ ਬਿਨਾ ਗੀਤ ਨਹੀਂ ਚੱਲਦੇ ਤੁਸੀਂ ਇਹ ਗੱਲ ਮੰਨਦੇ ਆ ਮੈਂ ਬਿਲਕੁਲ ਮੰਨਦਾ ਤੁਹਾਡੇ ਨਾਲ ਮੈਂ ਬਿਲਕੁਲ ਸਹਿਮਤ ਆ ਇਹ ਜੇ ਫੋਕੀ ਗੱਲ ਨਾ ਹੋਵੇ ਜੇ ਫੁਕਰੀ ਨਾ ਹੋਵੇ ਤੇ ਜੇ ਅਸੀਂ ਸ਼ੋ ਆਫ ਨਾ ਕਰੀਏ ਤੇ ਗਾਣੇ ਨਹੀਂ ਚੱਲਦੇ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਆ ਪਰ ਇੱਕ ਗੱਲ ਮੈਂ ਜਿਸ ਤਰ੍ਹਾਂ ਸ਼ੁਰੂ ਚ ਵੀ ਕਿਹਾ ਸੀ ਕਿ ਪਰ ਕੋਈ ਜ਼ਮੀਰ ਵੀ ਕੋਈ ਚੀਜ਼ ਹੈ ਮੈਨੂੰ ਲੱਗਦਾ ਕਿ ਜੇ ਯੂਨੀਵਰਸਿਟੀਾਂ ਦੇ ਵਿੱਚ ਪੜ੍ਹ ਕੇ ਦੇ extra ਇਨਾ ਪੜਨ ਤੋਂ ਬਾਅਦ باوجود ਵੀ ਤੁਸੀਂ ਬਾਅਦ ਵੀ ਦੇ ਤੁਹਾਨੂੰ ਫੋਕੀ ਗੱਲ ਕਰਕੇ ਚੱਲਣ ਦਾ ਤੁਸੀਂ ਕੋਸ਼ਿਸ਼ ਕਰੋ ਜਾਂ ਸ਼ਾਰਟਕਟ ਬਣਾਓ ਤੇ ਮੈਨੂੰ ਲੱਗਦਾ ਉਹਦੇ ਨਾਲ ਉਹ ਤਾਂ ਘਰ ਬੈਠਣਾ ਚੰਗਾ ਤੇ ਮੈਨੂੰ ਵੀ ਇਹ ਲੱਗਦਾ ਹੈ ਮੇਰਾ ਸੰਗੀਤ ਮੇਰਾ ਸ਼ੌਕ ਹੈ ਮੇਰੇ ਦਿਲ ਦੇ ਵਿੱਚ ਹੈ ਮੈਂ ਚੌਥੀ ਕਲਾਸ ਦਾ ਗਾ ਰਿਹਾ ਹਾਂ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਸਫ਼ਰ ਹੈ ਬੇਸ਼ੱਕ ਲੰਮਾ ਹੈ ਹੋਰ ਲੰਮਾ ਹੋ ਜੂਗਾ ਕੋਈ ਗੱਲ ਨਹੀਂ ਪਰ ਸਮਝੌਤਾ ਸੀ ਨਾ ਹੀ ਕਰੀਏ ਔਰ ਉਹ ਗੱਲਾਂ ਕਰੀਏ ਜੋ ਐਕਚੁਅਲ ਦੇ ਵਿੱਚ ਸਾਡੇ ਕੋਲ ਨੇ ਦੋਵੇਂ ਅਸਲ ਚ ਕਰ ਸਕਦਾ ਮੈਂ ਉਹ ਹੀ ਦਿਖਾਵਾਂ ਨਾ ਕਿ ਮੈਂ ਉਹਦੇ ਵਿੱਚ ਵੀਡੀਓ ਚ ਇਸ ਤਰ੍ਹਾਂ ਦਿਖਾਵਾਂ ਮੈਂ 15 ਬੰਦਿਆਂ ਨੂੰ ਮਾਰ ਕੇ ਫਿਰ ਮੈਂ ਉਹ ਕੁੜੀ ਨੂੰ ਘਰੋਂ ਲੈ ਕੇ ਫਿਰ ਉਹ ਚਲੇ ਗਿਆ ਜਾਂ ਇਸ ਤਰ੍ਹਾਂ ਉਹ ਇਸ ਤਰ੍ਹਾਂ ਦੇ ਨਾ ਤਾਂ ਮੈਂ ਕਰ ਸਕਦਾ ਤੇ ਮੈਨੂੰ ਲੱਗਦਾ ਬਹੁ ਗਿਣਤੀ ਪੰਜਾਬ ਦੀ ਇਸ ਇਹਦੇ ਖਿਲਾਫ ਹੈ ਤੇ ਮੈਂ ਇਹਦੇ ਇਹ ਤੁਹਾਡੇ ਨਾਲ ਸਹਿਮਤ ਦਾ ਕਿ ਇਹ ਗਾਣੇ ਭਾਵੇਂ ਨਹੀਂ ਚੱਲਦੇ ਮੈਨੂੰ ਵੀ ਇਸ ਗੱਲ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿੰਨਾ ਵੀ ਇਨਵੈਸਟ ਕਰਦੇ ਆ ਗਾਣਿਆਂ ਤੇ ਆਪਣੇ ਵੱਲੋਂ ਕਿਉਂਕਿ ਬੀਇੰਗ ਐ ਸਟੂਡੈਂਟ ਜਦੋਂ ਤੁਸੀਂ ਵਿਚਰ ਰਹੇ ਹੋ ਤੁਹਾਨੂੰ ਹੋਰ ਬੜੀਆਂ ਜਿਸ ਤਰ੍ਹਾਂ ਕਰੋ ਪੜ੍ਹਾਈ ਰਿਲੇਟਡ ਖਰਚੇ ਹੁੰਦੇ ਨੇ ਜਾਂ ਹੋਰ ਵੀ ਬਹੁਤ ਸਾਰੇ ਖਰਚੇ ਹੁੰਦੇ ਨੇ ਪਰ ਉਸ ਦੇ ਵਿੱਚ ਤੁਸੀਂ ਐਕਸਟਰਾ ਟਾਈਮ ਤੇ ਐਕਸਟਰਾ ਮਨੀ ਕੱਢ ਕੇ ਇਹਦੇ ਤੇ ਇਨਵੈਸਟ ਕਰਨਾ ਪਰ ਉਹਦਾ ਜਦੋਂ ਫੀਡਬੈਕ ਜਾਂ ਬੈਨੀਫਿਟ ਦੇਖਦੇ ਹੋ ਕੋਈ ਐਡਾ ਉਸ ਲੈਵਲ ਦਾ ਨਹੀਂ ਪਰ ਫਿਰ ਵੀ ਇੱਕ ਜਿਸ ਤਰ੍ਹਾਂ ਕਹਿੰਦੇ ਨੇ ਵੀ ਪਾਪ ਇਸ ਕਰਕੇ ਵੱਧਦਾ ਕਿ ਚੰਗੇ ਲੋਕ ਕੁਝ ਵੀ ਨਹੀਂ ਕਰ ਰਹੇ ਹੁੰਦੇ ਸੋ ਮੈਨੂੰ ਇਹ ਲੱਗਦਾ ਕਿ ਚਿੜੀ ਜਿਸ ਤਰ੍ਹਾਂ ਜੰਗਲ ਦੀ ਅੱਗ ਚਿੜੀ ਆਪਣੇ ਚੁੰਝ ਨਾਲ ਪਾਣੀ ਭਰ ਕੇ ਪਾਉਂਦੀ ਹੈ ਮੈਨੂੰ ਇਹ ਲੱਗਦਾ ਕਿ ਸਾਫ ਸੁਥਰੀ ਗਾਇਕੀ ਦੇ ਨਾਲ ਚਾਹੇ ਮੈਂ ਜਿਹੜੇ ਹੁਣ ਮੇਰੀ ਗੱਲ ਨੂੰ ਸੁਣ ਰਹੇ ਨੇ ਬਹੁਤ ਸਾਰੇ ਨਵੇਂ ਕਲਾਕਾਰ ਜਿਹੜੇ ਕਿ ਕਿਉਂਕਿ ਇੱਥੇ ਅੱਜ ਕੱਲ੍ਹ ਹਰ ਬੰਦਾ ਗਾਉਣਾ ਚਾਹੁੰਦਾ ਔਰ ਚਲੋ ਇਸ ਦੇ ਵਿੱਚ ਕਿਸੇ ਦਾ ਵਿਰੋਧ ਨਹੀਂ ਹਰ ਬੰਦੇ ਨੂੰ ਗਾ ਲੈਣਾ ਚਾਹੀਦਾ ਪਰ ਮੈਂ ਉਹਨਾਂ ਨੂੰ ਸਿਰਫ ਇੱਕੋ ਹੀ ਸੁਨੇਹਾ ਆਪਣੇ ਵੱਲੋਂ ਪਿਆਰ ਸਤਿਕਾਰ ਸਹਿਤ ਦੇਣਾ ਚਾਹੁੰਦਾ ਕਿ ਕਿਰਪਾ ਕਰਕੇ ਆਪਣੀ ਜਿਹੜੀ ਜ਼ਾਤੀ ਅੰਦਰਲੀ ਜ਼ਮੀਰ ਦੇ ਨਾਲ ਸਮਝੌਤਾ ਨਾ ਕਰੋ ਉਹ ਗੱਲ ਕਰੋ ਜੋ ਹੋ ਸਕਦੀ ਹੈ ਜੀ ਅੱਛਾ ਜੀ ਵੇ ਸਤਨਾਮ ਤੁਸੀਂ ਆਪਣੇ ਆਪ ਨੂੰ ਦੱਸਿਆ ਸੀਗਾ ਕਿ ਨੈਸ਼ਨਲ ਅਵਾਰਡ winner ਵੀ ਤੁਸੀਂ ਰਹੇ ਆ ਯੂਨੀਵਰਸਿਟੀ ਦੇ ਵਿੱਚ ਕਾਫੀ ਵਾਰੀ ਰਿਪਰੈਜ਼ੈਂਟ ਵੀ ਕਰਦੇ ਰਹੇ ਆ ਯੂਨੀਵਰਸਿਟੀ ਨੂੰ ਇੰਨੀਆਂ ਸਾਰੀਆਂ ਅਚੀਵਮੈਂਟਸ ਨੇ ਤੁਹਾਡੇ ਨਾਂ ਦੇ ਉੱਪਰ ਤਾਂ ਇੱਥੇ ਕਿਦਾਂ ਦਾ ਤੁਹਾਨੂੰ ਮਾਹੌਲ ਮਿਲਦਾ ਕਿਉਂਕਿ ਬਹੁਤ ਜ਼ਿਆਦਾ ਅਸੀਂ ਦੇਖਦੇ ਜਿਹੜੇ ਨੌਜਵਾਨ ਮੁੰਡੇ ਆ ਸਾਡੇ ਜੀ ਅਸੀਂ ਗਾਇਕੀ ਦੇ ਉੱਤੇ ਕਿਸੇ ਦੀ ਗਾਇਕੀ ਦੇ ਉੱਪਰ ਆਪਾਂ ਉਂਗਲ ਕਰਦੇ ਆ ਤਾਂ ਆਪਾਂ ਨੂੰ ਇਹ ਵੀ ਦੇਖਣਾ ਪਏਗਾ ਕਿ ਮੁੰਡੇ ਜ਼ਿਆਦਾਤਰ ਇਹ ਚੀਜ਼ਾਂ ਸੁਣਦੇ ਆ ਤੁਸੀਂ ਵੀ ਇੱਕ ਨੌਜਵਾਨ ਆ ਤਾਕੀ ਤੁਸੀਂ ਉਹ ਆਪ ਉਹ ਗਾਣੇ ਸੁਣਦੇ ਆ ਮੈਨੂੰ ਇਸ ਗੱਲ ਦੇ ਨਾਲ ਮੈਂ ਇੱਕ ਗੱਲ ਹੋਰ ਵੀ ਦੱਸਣੀ ਚਾਹੁੰਨਾ ਬੇਸ਼ੱਕ ਜਿਹੜੇ ਨੌਜਵਾਨ ਸੁਣਦੇ ਨੇ ਪਰ ਬਹੁਤ ਸਾਰੇ ਨੌਜਵਾਨ ਅਜੇ ਵੀ ਨਹੀਂ ਕਿਉਂਕਿ ਅਸੀਂ ਯੂਨੀਵਰਸਿਟੀ ਦੇ ਵਿੱਚ ਰਹਿੰਦੇ ਆ ਪਹਿਲੇ 7 ਸਾਲਾਂ ਤੋਂ ਮੈਂ ਇੱਥੇ ਪੜ੍ਹ ਰਿਹਾ ਔਰ ਮੈਂ ਜੋ ਇੱਥੇ ਮਹਿਸੂਸ ਕਰਦਾ ਜੇ 12-13 ਹਜ਼ਾਰ ਬੰਦਿਆਂ ਦੇ ਵਿੱਚੋਂ 1200 ਉਸ ਤਰ੍ਹਾਂ ਦਾ ਸੁਣਨ ਵਾਲਾ ਵੀ ਆ ਪਰ ਬਾਕੀ ਦੇ ਵੀ ਹੈਗੇ ਨੇ ਨਾ ਸੋ ਮੈਨੂੰ ਇਹ ਵੀ ਲੱਗਦਾ ਕਿ ਕਲਾਕਾਰ ਜਿਹੜੇ ਹੁਣ ਸਾਡੇ ਤੋਂ ਸੀਨੀਅਰ ਵੀ ਨੇ ਜਿੰਨੇ ਵੀ ਉਹਨਾਂ ਨੂੰ ਵੀ ਮੇਰੀ ਕੋਈ ਦਰਖਾਸਤ ਰਹਿੰਦੀ ਹੈ ਕਿ ਕਿਰਪਾ ਕਰਕੇ ਜੇ ਅਸੀਂ ਪੰਜ ਗਾਣੇ ਕੋਈ ਇਸ ਤਰ੍ਹਾਂ ਦੇ ਕਰਦੇ ਆ ਜਿਹੜੇ ਕਿ ਫੋਕੇ ਉਹਦੇ ਲਈ ਕਰਨੇ ਪੈਂਦੇ ਨੇ ਉਹਦੇ ਨਾਲ ਇੱਕ ਦੋ ਗਾਣੇ ਜਿਹੜੇ ਉਹ ਸਭਿਆਚਾਰਕ ਆ ਉਸ ਤਰ੍ਹਾਂ ਦੇ ਵਿਸ਼ਾ ਵਸਤੂ ਵਾਲੇ ਵੀ ਕਰਨੇ ਚਾਹੀਦੇ ਨੇ ਤੇ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਕਿ ਮੈਂ ਕੀ ਸੁਣਦਾ ਮੈਂ ਚੰਗੇ ਲੋਕਾਂ ਨੂੰ ਸੁਣਦਾ ਜੀ ਮੈਂ ਅੱਜ ਤੱਕ ਮੇਰੇ ਫੋਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਗਾਣਾ ਨਹੀਂ ਜਿਹੜਾ ਕਿ ਕੋਈ फडਕਾਉ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਕਰ ਰਿਆ ਹੋਵੇ ਜਿਹੜੀ ਹੋ ਹੀ ਨਹੀਂ ਸਕਦੀ ਕਿ ਐਂ ਕਰਦੇ ਆਂਗੇ ਮਾਰਦੇ ਆਂਗੇ ਵੜਦੇ ਆਂਗੇ ਕੋਈ ਕਹਿੰਦਾ ਕੁਛ ਕਰਦੇ ਆਂਗੇ ਸੋ ਮੈਨੂੰ ਨਹੀਂ ਲੱਗਦਾ ਕਿ ਗਾਣਿਆਂ ਦੇ ਵਿੱਚ ਇਹ ਜਿਹੜੀਆਂ ਗੱਲਾਂ ਆਉਣੀਆਂ ਚਾਹੀਦੀਆਂ ਨੇ ਤੇ ਜੇ ਆ ਰਹੀਆਂ ਨੇ ਇਹਦੇ ਲਈ ਸਾਡੇ ਅਸੀਂ ਸਾਰੇ ਮੈਂ ਇਕੱਲੇ ਕਲਾਕਾਰਾਂ ਨੂੰ ਨਹੀਂ ਕਹਿ ਰਿਹਾ ਅਸੀਂ ਸਾਰੇ ਇਹਦੇ ਵਿੱਚ ਜ਼ਿੰਮੇਵਾਰ ਆ ਕਿਉਂਕਿ ਸਾਡੇ ਉਹ ਡੀਜੇ ਤੇ ਵੀ ਗਾਣੇ ਚੱਲਦੇ ਨੇ ਸਾਡੇ ਘਰਾਂ ਦੇ ਵੀ ਸਾਡੇ ਬੱਚੇ ਵੀ ਗਾਉਂਦੇ ਨੇ ਉਹ ਸਾਡੇ ਬੈਡਰੂਮ ਦੇ ਵਿੱਚ ਟੀਵੀ ਤੇ ਚੱਲ ਰਹੇ ਨੇ YouTube ਤੇ ਚੱਲ ਰਹੇ ਨੇ ਅਸੀਂ ਕਿੱਥੋਂ ਕਿੱਥੋਂ ਇਹਨਾਂ ਨੂੰ ਰੋਕਾਂਗੇ ਪਰ ਅਸੀਂ ਆਪ ਸੰਜੀਦਾ ਹੋਈਏ ਜਿਸ ਤਰ੍ਹਾਂ ਕਹਿੰਦੇ ਨੇ ਚੰਗਾ ਸੁਣੋ ਚੰਗਾ ਬੋਲੋ ਤੇ ਚੰਗਾ ਦੇਖੋ ਮੈਂ ਇਸ ਗੱਲ ਤੇ ਅਮਲ ਕਰਦਾ ਹਾਂ ਜੀ ਅੱਛਾ ਪੀ ਐਚ ਡੀ ਕਰ ਰਹੇ ਹੋ ਕਿੰਨੇ ਸਾਲ ਰਹਿ ਗਏ ਨੇ ਤੁਹਾਡੀ ਪੀ ਐਚ ਡੀ ਵਿੱਚ ਤੇ ਅੱਗੇ ਦੇ ਤੁਹਾਡੇ ਕੀ ਪ੍ਰੋਜੈਕਟਸ ਨੇ ਕੀ ਤੁਹਾਡੇ ਡ੍ਰੀम्स ਨੇ ਕਿਸ ਤਰੀਕੇ ਦੇ ਨਾਲ ਤੁਸੀਂ ਅੱਗੇ ਸਾਹਮਣੇ ਆਓਗੇ ਗਾਇਕੀ ਦੇ ਵਿੱਚ ਜਾਂ ਕਿਦਾਂ ਗੀਤਕਾਰੀ ਦੇ ਵਿੱਚ ਮੇਰੀ ਪੀ ਐਚ ਡੀ ਦਾ ਜੀ ਹੁਣ ਦੂਸਰਾ ਸਾਲ ਹੈ ਇਸ ਤੋਂ ਬਾਅਦ ਦੋ ਤਿੰਨ ਸਾਲ ਦਾ ਕੰਮ ਬਾਕੀ ਹੈ ਕੋਸ਼ਿਸ਼ ਰਹੇਗੀ ਦੋ ਸਾਲਾਂ ਦੇ ਵਿੱਚ ਕੰਪਲੀਟ ਹੋ ਜਾਵੇ ਤੇ ਦੂਸਰੀ ਗੱਲ ਜਿਹੜੀ ਤੁਸੀਂ ਕਿਤੇ ਭੁਖ ਦੇ ਵਿੱਚ ਭੁਖ ਦੇ ਵਿੱਚ ਮੇਰਾ ਜਿਹੜਾ ਉਹ ਗਾਇਕੀ ਦੇ ਖੇਤਰ ਦੇ ਵਿੱਚ ਮੈਂ ਹਣ ਮਹਿਫਲਾ ਗਾਣਾ ਇੱਕ ਕਰ ਰਹੇ ਆ ਉਹਦਾ ਕੰਮ ਚੱਲ ਰਿਹਾ ਉਸ ਤੋਂ ਬਾਅਦ ਇੱਕ ਡਿਊਟ ਜਿਹੜਾ ਕਿ ਪਰਿਵਾਰ ਕ੍ਰਿਸਟੀਆਂ ਦੀ ਗੱਲ ਹੋਵੇ ਉਹਦੇ ਵਿੱਚ ਵੀ ਮੈਂ ਕੋਸ਼ਿਸ਼ ਕਰਾਂਗਾ ਭਾਵੇਂ ਚੱਲਾ ਨਾ ਚੱਲਾ ਭਾਵੇਂ ਕੋਈ ਸਾਨੂੰ 10 ਬੰਦੇ ਵੀ ਦੇਖਣ ਪਰ ਉਹ 10 ਬੰਦੇ ਨਾ ਤਾਂ ਉਹ ਫੇਕ ਪਬਲਿਸਿਟੀ ਨਾਲ ਆਏ ਹੋਣ ਨਾ ਉਹ ਕੋਈ ਬੰਦੇ ਇਸ ਤਰ੍ਹਾਂ ਦੇ ਕਹਿ ਕਹਾ ਕੇ ਆਏ ਹੋਣ ਉਹ ਮੈਨੂੰ ਮੇਰੇ ਕਰਕੇ ਜਾਣਨ ਤੇ ਦੂਸਰੀ ਗੱਲ ਜਿਸ ਤਰ੍ਹਾਂ ਤੁਸੀਂ ਅਵਾਰਡ ਦੀ ਗੱਲ ਕੀਤੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨੈਸ਼ਨਲ ਲੈਵਲ ਤੇ ਜਿਹੜੇ ਫੈਸਟੀਵਲ ਹੁੰਦੇ ਨੇ 올 ਇੰਡੀਆ ਜਿਹੜੀ ਯੂਨੀਵਰਸਿਟੀ ਫੈਸਟ ਹੁੰਦੇ ਨੇ ਉਹਦੇ ਵਿੱਚ ਇੱਕ ਵਾਰ ਭੰਗੜੇ ਚ ਬੋਲੀਆਂ ਚ ਨੈਸ਼ਨਲ ਗੋਲਡ ਮੈਲਿਸਟ ਹੋਏ ਦੂਸਰੀ ਵਾਰ ਫੋਕ オーਰਕੈਸਟਰ ਦੇ ਵਿੱਚ ਗੋਲਡ ਮੈਲਿਸਟ ਹੋਏ ਔਰ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਸਾਊਥ ਏਸ਼ੀਆ ਯੂਨੀਵਰਸਿਟੀ ਫੈਸਟ ਹੁੰਦਾ ਹਰ ਸਾਲ ਉਹ ਉਹ ਵੀ ਮੈਂ ਦੋ ਵਾਰ ਉਹਦੇ ਵਿੱਚ ਰਿਪਰੈਜ਼ੈਂਟ ਕੀਤਾ ਤੇ ਇੱਕ ਵਾਰ ਪੰਮੀ ਬਾਈ ਜੀ ਦੇ ਨਾਲ ਕਿਉਂਕਿ ਉਹਨਾਂ ਦੀ ਮੈਂ ਆਪਣੀ ਜ਼ਿੰਦਗੀ 'ਚ ਬੜੀ ਕੰਟ੍ਰਿਬਿਊਸ਼ਨ ਸਮਝਦਾ ਉਹਨਾਂ ਦੇ ਨਾਲ ਮੈਂ ਪਹਿਲੇ 7 ਸਾਲਾਂ ਤੋਂ ਜੁੜਿਆ ਹਾਂ ਉਹਨਾਂ ਦੇ ਨਾਲ ਹੀ ਮੈਨੂੰ ਆਸਟ੍ਰੇਲੀਆ ਵਿੱਚ ਪਰਫਾਰਮ ਕਰਨ ਦਾ ਮੌਕਾ ਮਿਲੇਆ ਤੇ ਉਹਨਾਂ ਕਰਕੇ ਹੀ ਜਿਸ ਤਰ੍ਹਾਂ ਦਾਰਾ ਫਿਲਮ ਦੀ ਗੱਲ ਹੈ ਹਸਰਤ ਪੀੜਸ ਦੇ ਉਹ ਜਿਹੜਾ ਗਾਣਾ ਚੱਲਿਆ ਤੋਂ ਉਸ ਤੋਂ ਬਾਅਦ ਵੀ ਜਿਹੜੇ ਮੈਂ ਗੱਲ ਕਰ ਰਿਹਾ ਹੁਣ ਆਉਣ ਵਾਲੇ ਦਿਨਾਂ 'ਚ ਜਿਹੜੀ ਕਿਤਾਬ ਵੀ ਮੈਂ ਰਿਲੀਜ਼ ਕੀਤੀ ਹੈ ਬਾਈ ਜੀ ਬਾਰੇ ਸੋ ਉਹਨਾਂ ਦਾ ਬਹੁਤ ਬੜਾ ਕੰਟ੍ਰਿਬਿਊਸ਼ਨ ਹੈ ਉਸ ਦੇ ਨਾਲ ਨਾਲ ਹੀ ਮੇਰੇ ਭਰਾ ਵੱਡੇ ਮਾਨਕਲੀ ਜੀ ਉਹਨਾਂ ਦਾ ਬੜਾ ਮੇਰੇ ਨੂੰ ਸਹਿਯੋਗ ਹੈ ਔਰ ਭਵਿਕ ਵਿੱਚ ਮਿਲ ਰਿਹਾ ਹੋਰ ਵੀ ਮੇਰੇ ਨਾਲ ਜੁੜੇ ਪਵੀ ਤੰਜਲ ਹੈ ਉਹ ਵੀ ਸਾਰੇ ਮੈਨੂੰ ਪ੍ਰਮੋਟ ਕਰ ਰਹੇ ਨੇ ਜੀ ਅੱਛਾ ਇੱਕ ਮੈਂ ਚਾਹੂੰਗੀ ਕਿ ਇੱਕ ਵਾਰੀ ਤੁਸੀਂ ਮੈਨ ਨੇ ਕਿਸੇ ਗਾਣੇ ਦੀਆਂ ਲਾਈਨਾਂ ਜ਼ਰੂਰ ਜਾਂਦੇ ਜਾਂਦੇ ਸੁਣਾ ਦਿਓ ਜੀ ਮੈਂ ਇੱਕ ਮੇਰਾ ਗਾਣਾ ਸੀ ਉਹ ਮੈਂ ਤੁਹਾਡੇ ਰੂਪਰੂ ਕਰਦੇ ਆ ਵੇ ਕੋਲੋਂ ਕੋਲੋਂ ਲੰਘਦਾ ਏ ਕੋਲੋਂ ਕੋਲੋਂ ਲੰਘਦਾ ਏ ਐਵੇਂ ਅੱਖੀਆਂ ਨੀਵੀਆਂ ਕਰਕੇ ਵੇ ਤੇਰੇ ਪਿੱਛੇ ਲੜਦੇ ਸਾਂ ਵੇ ਤੇਰੇ ਪਿੱਛੇ ਲੜਦੇ ਸਾਂ ਵੇ ਤੇਰੇ ਪਿੱਛੇ ਲੜਦੇ ਸਾਂ ਅਸੀਂ ਜਾਨ ਤਲੀ ਤੇ ਧਰ ਕੇ ਵੇ ਕੋਲੋਂ ਕੋਲੋਂ ਲੰਘਦਾ ਐਵੇਂ ਅੱਖੀਆਂ ਨੀਂਵੀਆਂ ਕਰਕੇ ਸੋ ਜਦੋਂ ਸਤਨਾਮ ਤੁਸੀਂ ਦੱਸਿਆ ਕਿ ਕਾਫੀ ਲੰਬੇ ਟਾਈਮ ਤੋਂ ਤੁਸੀਂ ਇਸ ਯੂਨੀਵਰਸਿਟੀ ਦੇ ਵਿੱਚ ਪੜ ਰਹੇ ਆਂ ਔਰ ਮੇਰੇ ਖਿਆਲ ਨਾਲ ਜਿਹੜੇ ਇਹ ਦਿਨ ਹੁੰਦੇ ਸਾਡੀ ਜ਼ਿੰਦਗੀ ਦੇ ਸਭ ਤੋਂ ਸੁਨਹਿਰੀ ਤੇ ਹਸੀਨ ਦਿਨ ਹੁੰਦੇ ਆ ਤੁਸੀਂ ਲਿਖ ਵੀ ਲੈਨੇ ਆਂ ਕਦੀ ਯੂਨੀਵਰਸਿਟੀ ਲਈ ਕੁਝ ਲਿਖਿਆ ਜਾਂ ਆਪਣੇ ਨਾਲ ਦੇ ਸਾਥੀਆਂ ਦੇ ਲਈ ਬਿਲਕੁਲ ਜੀ ਯੂਨੀਵਰਸਿਟੀ ਦਾ ਕਰਜ਼ਾ ਹਮੇਸ਼ਾ ਸਾਡੇ ਸਿਰ ਤੇ ਹੈ ਇੱਥੋਂ ਮੈਂ ਕਿਸੇ ਤੋਂ ਬੋਲਣਾ ਸਿੱਖਿਆ ਕਿਸੇ ਤੋਂ ਬੈਠਣਾ ਸਿੱਖਿਆ ਔਰ ਇਸ ਯੂਨੀਵਰਸਿਟੀ ਤੋਂ ਬਹੁਤ ਕੁਝ ਸਿੱਖਿਆ ਔਰ ਇਸਨ ਮੈਂ ਸਲੂਟ ਕਰਨ ਦੇ ਲਈ ਕੁਝ ਲਿਖਿਆ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਕਿ ਯੂਨੀਵਰਸਿਟੀ ਦੀਆਂ ਫਜ਼ਾਮਾਂ ਅੰਦਰ ਇੰਜ ਲੱਗਦਾ ਜਿਵੇਂ ਕਈ ਜ਼ਮਾਨੇ ਕੈਦ ਹੋਣ ਜਿਵੇਂ ਇਸ ਦੀ ਹਰ ਦੀਵਾਰ ਕੋਈ ਯਾਦ ਸੰਭਾਲੀ ਬੈਠੀ ਹੋਵੇ ਉਹਨਾਂ ਦੀ ਜੋ ਇੱਥੋਂ ਰੁਕਸਤ ਹੋ ਗਏ ਨੇ ਉੰਜ ਕਹਿਣ ਨੂੰ ਤਾਂ ਇਹ ਕੈਂਪਸ ਮੇਰਾ ਆਪਣਾ ਹੀ ਹੈ ਪਰ ਮੈਨੂੰ ਇੰਜ ਲੱਗਦਾ ਰੁੱਖ ਮੇਰੇ ਵੱਲ ਵੇਖ ਕੇ ਕਹਿੰਦੇ ਨੇ ਜਾਓ ਤੇਰੇ ਵਰਗੇ 3600 ਵੇਖੇ ਉਹ ਤੇ ਗੈਰ ਨੂੰ ਕੈਂਪਸ ਮੇਰਾ ਆਪਣਾ ਹੀ ਆ ਪਰ ਮੈਨੂੰ ਇੰਜ ਲੱਗਦਾ ਰੁੱਖ ਮੇਰੇ ਵੱਲ ਵੇਖ ਕੇ ਕਹਿੰਦੇ ਨੇ ਜਾ ਉਹ ਤੇਰੇ ਵਰਗੇ 3600 ਵੇਖੇ ਨੇ ਬਈ ਵੇਖਣ ਵੀ ਕਿਉਂ ਨਾ ਇਹ ਕਿਤੇ ਅੱਜ ਦੇ ਖੜੇ ਨੇ ਇੱਥੇ ਲੱਖਾਂ ਸੱਜਣ ਆ ਕੇ ਤੁਰ ਗਏ ਬਾਤਿਸ਼ਕ ਦੀ ਪਾ ਕੇ ਤੁਰ ਗਏ ਯਾਦ ਦਾ ਦੀਪ ਜਗਾ ਕੇ ਤੁਰ ਗਏ ਪਰ ਨਹੀਂ ਤੁਰਿਆ ਇਨਾਂ ਇਮਾਰਤਾਂ ਚ ਜਕੜਿਆ ਯਾਦਾਂ ਦਾ ਢੇਰ ਮੈਨੂੰ ਕਦੇ-ਕਦੇ ਕੈਂਪਸ ਉਦਾਸ-ਉਦਾਸ ਜਿਹਾ ਲੱਗਦਾ ਹੈ ਪਰ ਉਦਾਸੀ ਦਾ ਆਲਮ ਬਹੁਤੀ देर ਨਹੀਂ ਕਿਉਂਕਿ ਬਸੰਤ ਆ ਰਹੀ ਹੈ ਨਵੇਂ ਫੁੱਲ ਪੁਰਾਣਿਆਂ ਦੀ ਥਾਂ ਮਲ ਲੈਣਗੇ ਔਰ ਆਪਣੀ ਹੋਂਦ ਦਾ ਅਹਿਸਾਸ ਨਵੇਂ ਪੌੜਿਆਂ ਨੂੰ ਕਰਾਉਣਗੇ ਕੈਂਪਸ ਫਿਰ ਮਸਤੀ ਵਿੱਚ ਆਏਗਾ ਨਵੇਂ ਸਜਨਾ ਦੇ استقبال ਲਈ ਆਪਣਾ ਆਪ ਸਜਾਏਗਾ ਫਿਰ ਕੋਈ ਸਤਨਾਮ ਕਲਾ ਪਵਨ ਵਿੱਚ ਆਏਗਾ ਪਰ ਉਹ ਦੇ ਗੀਤਾਂ ਵਿੱਚ ਆਵਾਕ ਨਹੀਂ ਹੋਣੇ ਪਹਿਲਾਂ ਵਾਲੇ ਸਾਖ ਨਹੀਂ ਹੋਣੇ ਸਭ ਤਾੜੀਆਂ ਵਿੱਚ ਸਮਾਜ ਆਏਗਾ ਇਹ ਕੈਂਪਸ ਮੈਨੂੰ ਪੁਲਾ ਜਾਏਗਾ ਇਹ ਕੈਂਪਸ ਮੈਨੂੰ ਪੁਲਾ ਜਾਏਗਾ ਜੀ ਬਹੁਤ ਵਧੀਆ ਕਿਉਂਕਿ ਇਹ ਚੀਜ਼ਾਂ ਅਸੀਂ ਕਦੀ ਨਹੀਂ ਭੁੱਲ ਸਕਦੇ ਹੈਗੇ ਔਰ ਵਧੀਆ ਗੱਲ ਹੈ ਇੱਥੇ ਆਉਂਦੇ ਰਹਿਣ ਜਾਂਦੇ ਰਹਿਣ ਸਟੂਡੈਂਟਸ ਕਿਉਂਕਿ ਇੱਥੇ ਦਿਮਾਗ ਰੋਸ਼ਨ ਹੁੰਦੇ ਨੇ ਤੇ ਜਿੰਨੇ ਜ਼ਿਆਦਾ ਦਿਮਾਗ ਰੋਸ਼ਨ ਹੋਣਗੇ ਤੇ ਆਸ-ਪਾਸੇ ਮਾਹੌਲ ਵਿੱਚ ਵੀ ਰੌਸ਼ਨੀ ਵਧੇਗੀ ਸੋ ਬਹੁਤ ਵਧੀਆ ਸਤਰਾ ਤੁਹਾਡੀਆਂ ਸੋ ਇਹਨਾਂ ਸਾਡੇ ਨਾਲ ਸਤਨਾਮ ਪੰਜਾਬੀ ਜੀ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਬੇਸ਼ੱਕ ਮੈਨੂੰ ਘੱਟ ਲੋਕ ਸੁਣਨ ਜਾਂ ਜਾਣਨ ਪਰ ਉਹ ਮੈਨੂੰ ਮੇਰੇ ਕਰਕੇ ਜਾਣਨ ਉਹ ਮੇਰੇ ਲਈ ਜ਼ਿਆਦਾ ਵੱਡੀ ਗੱਲ ਹੁੰਦੀ ਹੈ ਬਹੁਤ ਘੱਟ ਲੋਕ ਨੇ ਆਪਾਂ ਜ਼ਿੰਦਗੀ ਦੇ ਵਿੱਚ ਜਿਹੜੇ ਕੋਈ ਰਾਹਾਂ ਆਪਣੇ ਲਈ ਉਲੀਕਦੇ ਆ ਤੇ ਫਿਰ ਹਮੇਸ਼ਾ ਉਹਨਾਂ ਦੇ ਉੱਤੇ ਚੱਲਦੇ ਵੀ ਆ ਉਸ ਤਰੀਕੇ ਦੇ ਨਾਲ ਅੱਗੇ ਵਧਦੇ ਆ ਸੋ ਅਜਿਹੇ ਲੋਕ ਜਿਹੜੇ ਔਖਾ ਸਫ਼ਰ ਤੈਅ ਕਰਕੇ ਵੀ ਸੋਹਣੀ ਮੰਜ਼ਲ ਆਪਣੀ ਰੱਖਦੇ ਨੇ ਕਿ ਅਸੀਂ ਇੱਕ ਸੋਹਣੀ ਮੰਜ਼ਲ ਤੇ ਪਹੁੰਚਣਾ ਆ ਉਹ ਆਪਣੇ ਆਦਰਸ਼ ਉੱਚੇ ਰੱਖਦੇ ਨੇ ਅਜਿਹੇ ਲੋਕਾਂ ਨੂੰ ਹਮੇਸ਼ਾ ਸਹਿਯੋਗ ਕਰਦੇ ਰਹਿਣਾ ਚਾਹੀਦਾ ਇਦਾ ਅਸੀਂ ਚਾਹਾਂਗੇ ਕਿ ਤੁਸੀਂ ਵੀ ਇਸੇ ਤਰ੍ਹਾਂ ਸਤਨਾਮ ਹੋਰਾਂ ਦੇ ਜਿਸ ਤਰੀਕੇ ਦੇ ਉਹ ਗਾਣੇ गा ਰਹੇ ਨੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਪਸੰਦ ਕਰੋ ਔਰ ਅਜਹੀ ਸੋਚ ਰੱਖਣ ਵਾਲੇ ਗਾਇਕਾਂ ਦੇ ਨਾਲ ਖੜੋ ਨਾ ਕਿ ਸਿਰਫ ਕਹਿੰਦੇ ਰਹੋ ਕਿ ਗਾਇਕੀ ਗਲਤ ਰਸਤੇ ਜਾ ਰਹੀ ਹੈ ਗਲਤ ਗਲਤ ਰਸਤੇ ਵਾਲਿਆਂ ਨੂੰ ਛੱਡ ਕੇ ਜੇ ਸਹੀ ਦੇ ਨਾਲ ਖੜਾਂਗੇ ਤਾਂ ਆਪਣੇ ਆਪ ਸਹੀ ਦਸ਼ਾ ਵੱਲ ਆਵੇਗੀ ਸੋ ਇਸੇ ਤਰ੍ਹਾਂ ਨਾਲ ਖੁੱਲੀਆਂ ਗੱਲਾਂ ਦੇ ਵਿੱਚ ਤੁਹਾਨੂੰ ਆਮ ਜਿਹੇ ਖਾਸ ਲੋਕਾਂ ਦੀ ਨਾਲ ਮਿਲੌਂਦੇ ਰਹਾਂਗੇ ਮੈਨੂੰ ਅਰਪਨ ਕੌਰ ਨੂੰ ਸਹਿਯੋਗੀ ਕੈਮਰਾਮੈਨ ਦਲਬੀਰ ਸਿੰਘ ਦੇ ਨਾਲ ਦਿਓ ਇਜਾਜ਼ਤ ਰੋਜ਼ਾਨਾ ਸਪੋਕਸਮੈਨ ਪਟਿਆਲਾ ਤੋਂ